ਨਸ਼ਿਆਂ ਦੀ ਪਾਈਪਲਾਈਨ ਨੂੰ ਜੜ ਤੋਂ ਪੁੱਟਣ ਲਈ ਲਾਮਬੰਦ ਹੋਈ ਪੁਲਿਸ ਨੇ ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਪੈਂਦੇ ਟੀ ਪੁਆਇੰਟ ਤੇ ਨਾਕੇਬੰਦੀ ਕਰਕੇ ਦੋ ਤਸਕਰਾਂ ਨੂੰ 20 ਕਰੋੜ ਦੀ ਹੈਰੋਇਨ ਸਣੇ ਕਾਬੂ ਕੀਤਾ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਵੱਲੋਂ ਨਾਕੇਬੰਦੀ ਦੌਰਾਨ ਇੱਕ ਸਵਿਫਟ ਕਾਰ ਦੀ ਤਲਾਸ਼ੀ ਤੇ ਇਹ ਬਰਾਮਦਗੀ ਕੀਤੀ ਗਈ। ਕਾਬੂ ਕੀਤੇ ਤਸਕਰ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਅਭਿਆਨ ਤਹਿਤ ਸਵਿਫਟ ਕਾਰ 'ਚੋਂ 4 ਪੈਕੇਟ ਹੈਰੋਇਨ ਬਰਾਮਦ ਹੋਈ ਹੈ। ਮੌਕੇ ਤੇ ਕਾਰ ਚਾਲਕਾਂ ਨੂੰ ਕਾਬੂ ਕੀਤਾ ਗਿਆ ਜੋ ਫਿਰੋਜ਼ਪੁਰ ਦੇ ਨੇੜਲੇ ਪਿੰਡਾਂ ਦੇ ਵਾਸੀ ਨੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਦਾ ਕਹਿਣਾ ਕਿ ਕਾਬੂ ਕੀਤੇ ਗਏ ਵਿਅਕਤੀ ਤੇ ਪਹਿਲਾਂ ਵੀ 5 ਮੁਕੱਦਮੇ ਚੱਲ ਰਹੇ ਨੇ। ਇਹ ਸਾਡੀ CI ਫਿਰੋਜ਼ਪੁਰ ਦੀ ਅਤੇ SSOC ਫਾਜ਼ਿਲਕਾ ਦੀ ਇੱਕ ਜੁਆਇੰਟ ਟੀਮ ਦਾ ਓਪਰੇਸ਼ਨ ਸੀ ਜਿਹਦੇ ਵਿੱਚ ਅਸੀਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇੱਕ ਸਤਨਾਮ ਸਿੰਘ ਹੈ, ਦੂਜਾ ਗੁਰਪ੍ਰੀਤ ਸਿੰਘ ਹੈ। ਇਹ ਦੋਨੋਂ ਜਿਹੜੇ ਮਮਦੋਟ ਏਰੀਏ ਦੇ ਰਹਿਣ ਵਾਲੇ ਹੈ। ਇਹਨਾਂ ਕੋਲ ਅਸੀਂ ਕੁੱਲ 4 ਕਿਲੋ ਹੀਰੋਇਨ ਬਰਾਮਦ ਕੀਤੀ ਹੈ। ਇਹ ਆਪਣੀ ਇੱਕ ਸਵਿਫਟ ਕਾਰ 'ਤੇ ਟੀ ਪੁਆਇੰਟ ਮਮਦੋੜ ਦੇ ਕੋਲ ਆ ਰਹੇ ਸੀ, ਉੱਥੇ ਸਾਡੀ ਜਿਹੜੀ ਨਾਕਾ ਲੱਗਿਆ ਹੋਇਆ ਸੀ ਅਤੇ ਇਹਨਾਂ ਦੋਵਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ 4 ਕਿਲੋ ਹੀਰੋਇਨ ਜੋ ਕਿ ਇਹਨਾਂ ਨੇ BOP ਮਸਤਾ ਗੱਟੀ ਦੇ ਏਰੀਏ ਵਿੱਚੋਂ 6 ਅਤੇ 7 ਜਨਵਰੀ ਦੀ ਦਰਮਿਆਨੀ ਰਾਤ ਨੂੰ ਕ੍ਰੋਸ ਕਰਾਈ ਸੀ, ਉਹ ਅਸੀਂ ਬਰਾਮਦ ਕਰ ਲਈ ਹੈ। ਇਹ ਕੁੱਲ ਜਿਹੜੀ ਹੀਰੋਇਨ ਆਈ ਸੀ 5 ਕਿਲੋ ਆਈ ਸੀ, 1 ਕਿਲੋ ਇਹਨਾਂ ਨੇ ਵਿੱਚੋਂ ਸੇਲ ਕਰਤੀ ਹੈ ਅਤੇ 4 ਕਿਲੋ ਅਸੀਂ ਬਰਾਮਦ ਕਰ ਲਈ ਹੈ। ਅਤੇ ਅੱਜ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਅਤੇ ਇਹਨਾਂ ਤੋਂ ਡਿਟੇਲ ਪੁੱਛਗਿੱਛ ਕੀਤੀ ਜਾਊਗੀ ਅਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਚਾਂਸਿਸ ਆ। ਉਹ ਪੁੱਛਗਿੱਛ ਚੱਲ ਰਹੀ ਹੈ। ਉਹ ਬੰਦਾ ਮਤਲਬ ਉਹ ਕਹਿੰਦੇ ਵੀ ਅਸੀਂ ਬੰਦੇ ਨੂੰ ਜਾਣਦੇ ਨਹੀਂ, ਸਾਡੇ ਕੋਲ ਆਇਆ ਸੀ ਅਤੇ ਅਸੀਂ ਉਹਨੂੰ ਦੇ ਦਿੱਤੀ। ਉਹ ਜਿਹੜਾ ਕੋਈ ਪਾਕਿਸਤਾਨ ਦਾ ਸਮਗਲਰ ਹੈ ਉਹਦੇ ਕਹਿਣ 'ਤੇ ਬੰਦਾ ਆਇਆ ਸੀ। ਉਹ ਬੰਦੇ ਨੂੰ ਅਸੀਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਅਤੇ ਡਿਟੇਲ 'ਚ ਪੁੱਛਗਿੱਛ 'ਚ ਫਿਰ ਹੀ ਪਤਾ ਲੱਗੂ। ਇਹ ਜਿਹੜਾ ਸਤਨਾਮ ਸਿੰਘ ਸੱਤਾ ਇੱਕ ਬੜਾ ਨਾਮੀ ਸਮਗਲਰ ਹੈ ਅਤੇ ਇਸ ਦੇ ਖਿਲਾਫ਼ 5 ਮੁਕੱਦਮੇ ਦਰਜ ਹੈ। 8-8 ਜ਼ਿਲ੍ਹਿਆਂ ਦੇ ਵਿੱਚ ਹੈਗੇ ਹੈ, ਇੱਕ ਮੋਗਾ ਫਰੀਦਕੋਟ ਜੇਲ੍ਹ ਦੇ ਵਿੱਚ ਵੀ ਇਹਦੇ 'ਤੇ ਪਰਚਾ ਹੋਇਆ, ਪਟਿਆਲੇ ਵੀ ਪਰਚਾ ਹੋਇਆ, ਤਰਨ ਤਾਰਨ ਜ਼ਿਲ੍ਹੇ 'ਚ ਵੀ ਪਰਚਾ ਅਤੇ ਇਹਦੇ 'ਚ ਇੱਕ ਕੇਸ ਦੇ ਵਿੱਚ ਇਹਨੂੰ ਸਜ਼ਾ ਵੀ ਹੋਈ ਹੋਈ ਹੈ ਅਤੇ ਹਾਈਕੋਰਟ ਦੇ ਜ਼ਮਾਨ 'ਤੇ ਹੈ। ਨਹੀਂ, ਜ਼ਮੀਨ ਬਾਰੇ ਇਹਦੀ ਆਪਣੀ ਕੋਈ ਜ਼ਮੀਨ ਨਹੀਂ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼ ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।